ਤੁਸੀਂ ਰੁਮਾਲ ਬਾਰੇ ਜ਼ਰੂਰ ਸੁਣਿਆ, ਇਹ ਸਾਡੀ ਰੋਜ਼ਮਰਰਾ ਦੀ ਜ਼ਿੰਦਗੀ ਦਾ ਇੱਕ ਅੰਗ ਹੈ। ਜਿੱਥੇ ਇਹ ਸਾਡੇ ਹੱਥ ਸਾਫ਼ ਕਰਨ ਦੇ ਕੰਮ ਆਉਂਦਾ, ਉਸ ਦੇ ਨਾਲ ਨਾਲ ਇਹਦੇ ਨਾਲ ਸਿਰ ਵੀ ਢੱਕਿਆ ਜਾਂਦਾ ਅਤੇ ਪਿੰਡਾਂ 'ਚ ਬੁੜੀਆਂ ਇਸ ਵਿੱਚ ਪੈਸੇ ਵੀ ਲੁਕੋ ਕੇ ਰੱਖ ਲੈਂਦੀਆਂ ਨੇ। ਪਰ ਇੱਕ ਰੁਮਾਲ ਜੋ ਗੋਲਧਾਰੇ ਦੇ ਵਿੱਚ ਰੱਖਿਆ, ਉਹ ਕੁੜੀਆਂ ਨੂੰ ਕਿੱਦਾਂ ਚੱਕਰ 'ਚ ਪਾ ਸਕਦਾ, ਇਹ ਆਪਾਂ ਹੁਣੇ ਪੁੱਛ ਲੈਂਦੇ ਹਾਂ। ਕੀ ਨਾਂ ਜੀ ਤੁਹਾਡਾ? ਹਰਪਨਜੀਤ ਕੌਰ। ਹਰਪਨਜੀਤ ਕੌਰ, ਅਤੇ ਹੁਣ ਤੁਸੀਂ ਇਹ ਦੱਸੋ ਕਿ ਰੁਮਾਲ ਖੇਡਣ ਵਾਲੀ ਖੇਡ ਹੁੰਦੀ ਹੈ, ਕਿਵੇਂ ਹੁੰਦੀ ਹੈ? ਮੈਨੂੰ ਨਹੀਂ ਪਤਾ ਇਹਦੇ ਬਾਰੇ। ਇਹ ਇੱਕ ਗੋਲ ਕਤਾਰਾ ਬਣਾਇਆ ਜਾਂਦਾ, ਉਹਦੇ 'ਚ ਰੁਮਾਲ ਰੱਖਿਆ ਜਾਂਦਾ, ਦੋ ਟੀਮਾਂ ਬਣਾਈਆਂ ਜਾਂਦੀਆਂ ਨੇ, ਉਹਨਾਂ ਦੇ ਵੱਖਰੇ ਵੱਖਰੇ ਖਿਡਾਰੀ ਹੁੰਦੇ ਨੇ, ਉਹਨਾਂ ਦੇ ਨਾਮ ਰੱਖਣੇ ਹੁੰਦੇ ਆ, ਦੋਵਾਂ ਟੀਮਾਂ ਦੇ ਇੱਕੋ ਜਿਹੇ ਨਾਮ ਹੋਣਗੇ, ਦੋਨਾਂ ਟੀਮਾਂ ਦੇ ਇੱਕੋ ਜਿਹੇ ਨਾਮ। ਹਾਂਜੀ, ਉਹ ਤੋਂ ਬਾਅਦ ਇੱਕ ਅੰਪਾਇਰ ਬਣਾਇਆ ਜਾਏਗਾ। ਨਾਮ ਨਹੀਂ ਦੱਸੇ ਤੁਸੀਂ, ਨਾਮ ਕੀ ਹੁੰਦੇ ਨੇ? ਨਾਮ ਜਿਸ ਤਰ੍ਹਾਂ ਕੇਲਾ, ਸੇਬ, ਅੰਗੂਰ, ਸੰਤਰਾ, ਅੰਬ, ਇਸ ਤਰ੍ਹਾਂ ਦੇ ਨਾਮ ਰੱਖਣੇ ਨੇ। ਉਹ ਤੋਂ ਬਾਅਦ ਅੰਪਾਇਰ ਜਿਹੜਾ ਇੱਕ ਨਾਮ ਬੋਲੇਗਾ, ਔਰ ਦੋਵਾਂ ਟੀਮਾਂ ਦੇ ਵਿੱਚ ਜਿਹਦਾ ਉਹ ਨਾਮ ਹੋਏਗਾ, ਉਹ ਇੱਕ ਇੱਕ ਖਿਡਾਰੀ ਆ ਜਾਏਗਾ ਅਤੇ ਦੋਵਾਂ ਗੋਲ ਕਤਾਰੇ ਦੇ ਆਲੇ ਦੁਆਲੇ ਘੁੰਮਣ ਲੱਗ ਜਾਏਗਾ, ਔਰ ਇੱਕ ਜਣਾ ਰੁਮਾਲ ਲੈ ਕੇ ਚੁੱਕ ਕੇ ਦੌੜੇਗਾ। ਜੇ ਤਾਂ ਉਹ ਰੁਮਾਲ ਲੈ ਕੇ ਆਪਣੀ ਲਾਈਨ ਤੱਕ ਪਹੁੰਚ ਜਾਏਗਾ ਤਾਂ ਉਹ ਜਿੱਤ ਜਾਏਗਾ, ਜੇ ਉਹਨੂੰ ਕੋਈ ਦੂਸਰਾ ਖਿਡਾਰੀ ਹੱਥ ਲਾ ਦੇਗਾ ਤਾਂ ਉਹ ਆਊਟ ਹੋ ਜਾਏਗਾ। ਇਸ ਤਰ੍ਹਾਂ ਇਹ ਗੇਮ ਖੇਡੀ ਜਾਂਦੀ ਹੈ। ਲਓ ਵੀ ਦੋਸਤੋ, ਪਤਾ ਮੈਨੂੰ ਹੈ ਸੀ ਪਰ ਮੈਂ ਵੈਸੇ ਨਹੀਂ ਦੱਸਿਆ, ਮੈਂ ਕਿਹਾ ਚਲੋ ਆਪਾਂ ਗੁੱਡੀ ਤੋਂ ਪੁੱਛ ਕੇ ਦੱਸ ਦਿੰਦੇ ਹਾਂ। ਇਹ ਖੇਡ ਨੂੰ ਕਹਿੰਦੇ ਆ ਰੁਮਾਲ ਚੱਕਣਾ, ਅਤੇ ਆਓ ਫਿਰ ਦੇਖੀਏ ਕਿ ਕਿਵੇਂ ਖੇਡੀ ਜਾਂਦੀ ਹੈ ਸਾਡੇ ਪੰਜਾਬ ਦੀ ਦੇਸੀ ਖੇਡ ਰੁਮਾਲ ਚੱਕਣਾ। ਆਓ ਤੇਰਾ ਨਾਮ ਸੇਬ ਹੈ, ਰੇਖਾ ਤੇਰਾ ਨਾਮ ਕੇਲਾ ਹੈ, ਬਲਜੀਤ ਤੇਰਾ ਨਾਮ ਸੰਤਰਾ, ਸਵਿਤਾ ਤੇਰਾ ਨਾਮ ਅੰਗੂਰ ਹੈ।